ਦੋਸਤੋ ਪੰਜਾਬ ਸਿਵਲ ਸਰਵਿਸਿਜ਼ ਵੱਲੋਂ ਕਾਫੀ ਚੰਗੀ ਜੋਬ ਰਿਕਰੂਟਮੈਂਟ ਦੀ ਅਨਾਊਂਸਮੈਂਟ ਹੋਈ ਹੈ ਅਤੇ ਪੂਰੀ ਡਿਟੇਲ ਵਿੱਚ ਤੁਹਾਨੂੰ ਦੱਸਾਂਗਾ ਕਿਸ ਤਰ੍ਹਾਂ ਦੀ ਜੋਬ ਹੈ, ਕਿਸ ਤਰ੍ਹਾਂ ਦੀ ਜਿਹੜੀ ਪੋਸਟਾਂ ਦੀ ਅਨਾਊਂਸਮੈਂਟ ਹੋਈ ਹੈ। ਜੇ ਵੀਡੀਓ ਬੈਨੀਫਿਟਸ ਲੱਗਦੀ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ। ਇਹ ਦੋਸਤੋ ਇਹਨਾਂ ਦੀ ਆਫਿਸ਼ੀਅਲ ਵੈਬਸਾਈਟ ਅਤੇ ਇਸਦਾ ਲਿੰਕ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜੂ। ਹੁਣ ਆਪਾਂ ਕਰਨਾ ਕੀ ਹੈ, ਸਭ ਤੋਂ ਪਹਿਲਾਂ ਓਪਨ ਐਡਵਰਟਾਈਜ਼ਮੈਂਟ 'ਤੇ ਕਲਿੱਕ ਕਰਾਂਗੇ, ਇਸ ਤਰ੍ਹਾਂ ਦਾ ਪੇਜ ਆਪਣੇ ਸਾਹਮਣੇ ਓਪਨ ਹੋ ਜਾਵੇਗਾ। ਹੁਣ ਨੀਚੇ ਆਪਾਂ ਚੈੱਕ ਕਰ ਸਕਦੇ ਹਾਂ ਦੋਸਤੋ, ਡਿਟੇਲਡ ਐਡਵਰਟਾਈਜ਼ਮੈਂਟ ਦਾ ਆਪਸ਼ਨ ਆਪਾਂ ਨੂੰ ਮਿਲ ਜਾਂਦਾ, ਇਸ 'ਤੇ ਕਲਿੱਕ ਕਰਾਂਗੇ ਤਾਂ ਇਹਨਾਂ ਦਾ ਆਪਸ਼ਨ ਨੋਟੀਫਿਕੇਸ਼ਨ ਤੁਹਾਡੇ ਸਾਹਮਣੇ ਆ ਜਾਵੇਗਾ। ਜੀ ਹਾਂ ਦੋਸਤੋ, ਇਹ ਜਿਹੜੀ ਪੋਸਟਾਂ ਨੇ ਟੋਟਲ 78 ਪੋਸਟਾਂ ਇਹਨਾਂ ਨੇ ਦੱਸੀ ਹੋਈ ਹੈ ਨੈਬ ਤਹਿਸੀਲਦਾਰ ਦੀ। ਦੋਸਤੋ ਕਾਫੀ ਚੰਗੀ ਪੋਸਟ ਹੈ ਅਤੇ ਕਾਫੀ ਚੰਗੀ ਨੰਬਰ ਆਫ ਪੋਸਟ ਇਸ ਵਾਰ ਅਨਾਊਂਸਮੈਂਟ ਕੀਤੀ ਹੈ ਪੰਜਾਬ ਸਿਵਲ ਸਰਵਿਸ ਨੇ, ਅਤੇ ਪੂਰੀ ਡਿਟੇਲ ਵਿੱਚ ਤੁਹਾਨੂੰ ਇਹ ਦੱਸ ਦਿੰਦਾ। ਇੱਕ ਵਾਰੀ ਆਪਣੀ ਐਲੀਜੀਬਿਲਟੀ ਦੇ ਅਕੋਰਡਿੰਗ ਇਸ ਫੋਰਮ ਨੂੰ ਜ਼ਰੂਰ ਰੀਡ ਕਰ ਲਿਓ ਅਤੇ ਫਿਰ ਇਸ ਨੂੰ ਫਿਲ ਕਰ ਦਿਓ। ਇੱਥੇ ਇਹ ਕੈਟੇਗਰੀ ਦੇ ਹਿਸਾਬ ਨਾਲ ਜਿਹੜੀ ਪੋਸਟਾਂ ਦੀ ਵੰਡ ਕੀਤੀ ਗਈ ਹੈ। ਇੱਥੇ ਜਨਰਲ ਵਾਸਤੇ 27 ਪੋਸਟਾਂ ਨੇ ਅਤੇ ਜਿਹੜੀ ਫੀਮੇਲ ਨੇ ਜਨਰਲ ਉਹਨਾਂ ਦੀਆਂ 8 ਪੋਸਟਾਂ ਨੇ। ਅਤੇ ਇਸੇ ਤਰ੍ਹਾਂ ਸਪੋਰਟਸ ਪਰਸਨ ਪੰਜਾਬ ਸ਼ਡਿਊਲ ਕਾਸਟ ਐਸ ਸੀ ਵਾਲਮੀਕੀ ਮਜ਼੍ਹਬੀ ਸਿੱਖ ਵਾਸਤੇ ਪੋਸਟਾਂ ਦੀ ਵੰਡ ਕੀਤੀ ਹੋਈਆਂ ਨੇ, ਇੱਥੇ ਆਪਾਂ ਚੈੱਕ ਕਰ ਸਕਦੇ ਹਾਂ। ਅਤੇ ਟੋਟਲ ਪੋਸਟ ਇੱਥੇ ਮੈਂਸ਼ਨ ਕੀਤੀ ਹੋਈ ਹੈ 78 ਪੋਸਟਾਂ ਨੇ ਅਤੇ 24 ਪੋਸਟਾਂ ਇਹਨਾਂ ਵਿੱਚ ਫੀਮੇਲ ਦੀਆਂ ਨੇ, ਰਿਜ਼ਰਵ ਨੇ ਦੋ ਪੋਸਟਾਂ। ਅਤੇ ਸੈਲਰੀ ਦੀ ਗੱਲ ਕਰੀਏ 35,400 ਸੈਲਰੀ ਇਹਨਾਂ ਨੇ ਦੱਸੀ ਹੋਈ ਹੈ। ਕੁਆਲੀਫਿਕੇਸ਼ਨ ਦੀ ਗੱਲ ਕਰੀਏ ਦੋਸਤੋ, ਤੁਸੀਂ ਗ੍ਰੈਜੂਏਟ ਹੋ ਕਿਸੇ ਵੀ ਸਟਰੀਮ 'ਚੋਂ, ਜਿਵੇਂ ਬੀ ਏ, ਬੀ ਕੌਮ, ਬੀ ਐੱਸ ਸੀ, ਕੁਛ ਵੀ ਤੁਸੀਂ ਕੀਤਾ ਹੋਇਆ ਹੈ ਤਾਂ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹੋ। ਅਤੇ 10ਵੀਂ ਵਿੱਚ ਪੰਜਾਬੀ ਪਾਸ ਹੋਣਾ ਮਤਲਬ ਪੰਜਾਬੀ ਸਬਜੈਕਟ ਆਪਣੇ ਕੋਲ ਹੋਣਾ ਜ਼ਰੂਰੀ ਹੈ। ਏਜ ਲਿਮਿਟ ਦੀ ਗੱਲ ਕਰੀਏ 18-37 ਸਾਲ ਦਾ ਕੋਈ ਵੀ ਕੈਂਡੀਡੇਟ ਇਸ ਨੂੰ ਅਪਲਾਈ ਕਰ ਸਕਦਾ, ਬਟ ਐੱਸ ਸੀ ਐੱਸ ਟੀ ਵਾਸਤੇ 5 ਸਾਲਾਂ ਦੀ ਐਕਸਟਰਾ ਛੋਟ ਦਿੱਤੀ ਗਈ ਹੈ ਇਸ ਵਿੱਚ। ਦੋਸਤੋ ਜੇ ਤੁਸੀਂ ਇਸ ਪੋਸਟ ਨੂੰ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਸਦਾ ਸਿਲੇਬਸ ਅਤੇ ਪ੍ਰੀਵੀਅਸ ਕੁਐਸਚਨ ਜਿਹੜੇ ਮਤਲਬ ਪਿਛਲੇ ਇਗਜ਼ਾਮ ਵਿੱਚ ਕੁਐਸਚਨ ਆਏ ਸੀ ਉਹ ਸਾਰਾ ਮਟੀਰੀਅਲ, ਸਟੱਡੀ ਮਟੀਰੀਅਲ ਮੈਂ ਤੁਹਾਨੂੰ ਪ੍ਰੋਵਾਈਡ ਕਰਵਾ ਦੇਵਾਂਗਾ। ਤਾਂ ਜਸਟ ਕਰਨਾ ਕੀ ਹੈ, ਸਭ ਤੋਂ ਪਹਿਲਾਂ ਚੈਨਲ ਸਬਸਕ੍ਰਾਈਬ ਕਰਨਾ ਅਤੇ ਕਮੈਂਟ ਵਿੱਚ ਆਪਣਾ ਵਟਸਐਪ ਨੰਬਰ ਲਿਖ ਦੇਣਾ ਤਾਂ ਮੈਂ ਤੁਹਾਨੂੰ ਸਾਰਾ ਜਿਹੜਾ PDF ਹੈ ਇਸਦੀ ਜਿਹੜਾ ਸਿਲੇਬਸ ਹੈ ਤਾਂ ਤੁਹਾਨੂੰ ਸਾਰਾ ਤੁਹਾਡੇ ਵਟਸਐਪ ਨੰਬਰ ਉੱਪਰ ਸੈਂਡ ਕਰ ਦੇਵਾਂਗੇ। ਜੇ ਤੁਸੀਂ ਇਸਨੂੰ ਔਨਲਾਈਨ ਮੋਬਾਈਲ 'ਤੇ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਨੀਚੇ ਆਪਸ਼ਨ ਆਪਾਂ ਨੂੰ ਮਿਲ ਜਾਂਦਾ ਅਪਲਾਈ ਔਨਲਾਈਨ ਦਾ, ਇਸ 'ਤੇ ਕਲਿੱਕ ਕਰਕੇ ਇੱਕ ਛੋਟਾ ਜਿਹਾ ਫੋਰਮ ਆਪਾਂ ਨੂੰ ਫਿਲ ਕਰਨਾ ਹੁੰਦਾ ਇਸ ਤਰ੍ਹਾਂ ਦੋਸਤੋ। ਇਹ ਫੋਰਮ ਨੂੰ ਫਿਲ ਕਰਨ ਤੋਂ ਬਾਅਦ ਆਪਣਾ ਜਿਹੜਾ ਫੀਸ ਦਾ ਚਲਾਨ ਕੱਟਿਆ ਜਾਂਦਾ, ਇੱਕ ਰਿਸਿਪਟ ਆਪਣੇ ਕੋਲ ਕੱਟੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਆਪਾਂ ਨੂੰ SBI ਬੈਂਕ ਵਿੱਚ ਉਹ ਫੀਸ ਜਮ੍ਹਾਂ ਕਰਾ ਕੇ ਆਉਣੀ ਪੈਂਦੀ। ਓਕੇ ਦੋਸਤੋ, ਜੇ ਵੀਡੀਓ ਬੈਨੀਫਿਸ਼ੀਅਲ ਲੱਗਦੀ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ।